ਕਈ ਵਾਰ ਅਜਿਹਾ ਹੁੰਦਾ ਹੈ ਕਿ ਫਸਟ ਕਾਉਂਸਲਿੰਗ ਵਿੱਚ ਸਟੂਡੈਂਟ ਐਡਮਿਸ਼ਨ ਲੈ ਲੈਂਦੇ ਨੇ ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰਾ ਕੰਬੀਨੇਸ਼ਨ ਠੀਕ ਨਹੀਂ ਹੈ ਜਾਂ ਮੇਰੇ ਲਈ ਕਾਲਜ ਠੀਕ ਨਹੀਂ ਹੈ ਮੈਂ ਜਾਂ ਇੱਥੇ ਕੋਈ ਹੋਰ ਮਾਮਲਾ ਹੈ ਤੇ 2-5-10% ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਕਿ ਜਿਹੜੇ ਫਿਰ ਉਸ ਵਕਤ ਕਾਲਜ ਸ਼ਿਫਟ ਕਰਨਾ ਚਾਹੁੰਦੇ ਹਨ ਆਲਰੇਡੀ ਤੁਸੀਂ ਫਸਟ ਇੰਸਟਾਲਮੈਂਟ ਦੇ ਚੁੱਕੇ ਹੋ ਫਿਰ ਵੀ ਕਾਲਜ ਜਿਹੜਾ ਹੈ ਸ਼ਿਫਟ ਹੋ ਸਕਦਾ ਹੈ ਸੈਕਿੰਡ ਕਾਉਂਸਲਿੰਗ ਜਦੋਂ ਸ਼ੁਰੂ ਹੋ ਜਾਣੀ ਹੈ ਸੈਕਿੰਡ ਕਾਉਂਸਲਿੰਗ ਦੇ ਸ਼ੁਰੂ ਹੋਣ ਤੋਂ ਬਾਅਦ ਜਿਹੜੀਆਂ ਸੀਟਾਂ ਖਾਲੀ ਰਹਿ ਜਾਣੀਆਂ ਹਨ ਉੱਥੇ ਇੱਕ ਮੌਕਾ ਦਿੱਤਾ ਜਾਏਗਾ 30 ਅਗਸਤ ਤੋਂ 31 ਅਗਸਤ ਦੇ ਵਿੱਚ ਤੁਹਾਨੂੰ ਕਿ ਦ ਕੈਂਡੀਡੇਟ ਹੂ ਹੈਵ ਬਿਨ ਅਲੋਕੇਟਡ ਦ ਕਾਲਜ ਐਜ਼ ਪਰ ਦੇਅਰ ਫਸਟ ਚੁਆਇਸ ਹੈਵ ਟੂ ਪੇ ਏ ਸ਼ਿਫਟਿੰਗ ਫੀਸ ਆਫ ਰੁਪੀਜ਼ 1000 ਇਨ ਕੇਸ ਦੇ ਵਾਂਟ ਟੂ ਸ਼ਿਫਟ ਟੂ ਸਮ ਅਦਰ ਕਾਲਜ ਇਨ ਦੀ ਸੈਕਿੰਡ ਕਾਉਂਸਲਿੰਗ ਸੋ ਪਹਿਲੀ ਕਾਉਂਸਲਿੰਗ ਵਿੱਚ ਹੀ ਕੋਈ ਐਰਰ ਨਾ ਰੱਖੋ ਅੱਛੀ ਤਰ੍ਹਾਂ ਐਨਾਲਿਸਿਸ ਕਰ ਲਓ ਕੰਬੀਨੇਸ਼ਨ ਜਾਣ ਲਓ ਕਾਲਜ ਬਾਰੇ ਜਾਣ ਲਓ ਫੀਸ ਬਾਰੇ ਜਾਣ ਲਓ ਕੋਈ ਤੁਹਾਨੂੰ ਜ਼ਰੂਰਤ ਹੈ ਕਿਸੇ ਚੀਜ਼ ਬਾਰੇ ਜਾਣਨ ਦੀ ਕਿਸੇ ਵੀ ਆਸਪੈਕਟ ਬਾਰੇ ਫੋਰ ਐਗਜ਼ਾਮਪਲ ਫੀਸ ਜਾਂ ਕੋਈ ਹੋਰ ਹੈ ਤਾਂ ਮੈਨੂੰ ਦੱਸੋ ਮੈਂ ਉਸ 'ਤੇ ਤੁਹਾਨੂੰ ਗਾਈਡ ਕਰ ਦਾਂਗਾ ਕਿ ਇਹ ਬੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸੋ ਤੁਸੀਂ ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ 1000 ਰੁਪਈਆ ਦੇ ਕੇ ਜੇ ਸਹੀ ਮਿਲਦਾ ਹੈ ਤਾਂ ਅਸੀਂ ਕਰ ਸਕਦੇ ਹਾਂ 1000 ਰੁਪਈਆ ਲੱਗੇਗਾ ਔਰ ਤੁਹਾਡੀ ਫੀਸ ਜਿਹੜੀ ਹੈ ਉਸ ਕਾਲਜ ਤੋਂ ਵੀ ਵਾਪਸ ਮਿਲ ਜਾਏਗੀ ਔਰ ਦੂਸਰੇ ਕਾਲਜ ਵਿੱਚ ਸ਼ਿਫਟ ਤੁਸੀਂ ਖੁਦ ਕਰ ਲਓਗੇ ਲੇਕਿਨ ਯੂਨੀਵਰਸਿਟੀ ਨੂੰ ਤੁਹਾਨੂੰ 1000 ਵਾਧੂ ਪੇ ਕਰਨਾ ਪਏਗਾ ਕੋਈ ਵੀ ਕਾਲਜ ਤੁਹਾਨੂੰ ਰੋਕ ਨਹੀਂ ਸਕਦਾ ਕਿ ਨਹੀਂ ਤੁਸੀਂ ਸ਼ਿਫਟ ਨਹੀਂ ਕਰ ਸਕਦੇ ਜਾਣਾ ਚਾਹੁੰਦੇ ਹੋ ਤੁਹਾਡਾ ਹੱਕ ਹੈ ਹਰ ਐਜੂਕੇਸ਼ਨਲ ਏਜੰਸੀ ਦੁਆਰਾ ਗਵਰਨਮੈਂਟ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸੋ ਘਬਰਾਉਣਾ ਨਹੀਂ ਹੈ ਪਰ ਮੇਰੀ ਗਾਈਡੈਂਸ ਇਹ ਹੈ ਕਿ ਫਸਟ ਕਾਉਂਸਲਿੰਗ ਵਿੱਚ ਹੀ ਆਪਣੀ ਤਸੱਲੀ ਕਰ ਲਓ ਇਹਨਾਂ ਦਿਨਾਂ ਵਿੱਚ ਜੋ ਕੁਐਸਚਨ ਹੈ ਉਹਨਾਂ ਨੂੰ ਜਾਗਰਿਤ ਕਰੋ ਮੇਰੇ ਤੱਕ ਪਹੁੰਚਾਓ ਜੋ ਮੈਂ ਦੱਸ ਸਕਦਾ ਹਾਂ ਦੱਸਾਂਗਾ ਖੁਦ ਡਿਸੀਜ਼ਨ ਲਓ ਔਰ ਨਿਸ਼ਚੇ ਕਰ ਆਪਣੀ ਜੀਤ ਕਰੋ ਥੈਂਕ ਯੂ